ਖਾਵਰ ਸਾਹਿਬ ਦੁਆ ਕੋਈ ਰਕਬੇ 'ਚ ਗਏ ਹੋ, ਕੋਈ ਪਤਾ ਸੁਰ ਕੀਤਾ ਨੇ ਕੋਈ ਵਾਈ ਦਾ ਜਾਂ ਕੋਈ ਮਾਲ ਦਾ ਜਾਂ ਕੋਈ ਟਰੈਕਟਰ ਜਿਹੜੇ ਵਧੇ ਆਉਣ ਜਾਂ ਕਿਸ ਰੋਫੀ ਉਹ ਹੈ ਵੀ ਤੁਸੀਂ ਸੁਬਹ ਉਠਿੰਦੇ ਹੋ ਅਤੇ ਖਾ ਪੀ ਕੇ ਨਾ ਪਹਿਲੀ ਉਹ ਸਾਕਿਆ ਮੰਜੀ ਤਾਂ ਲੰਮੇ ਹੋ ਜਾਂਦੇ ਹੋ। ਪਹਿਲੀ ਗੱਲ ਤਾਂ ਕਿ ਮੇਰਾ ਪਿਓ ਤੈਨੂੰ ਇਹ ਸ਼ਾਇਦ ਅੱਲਾ ਦੀ ਕਾਇਨਾ ਦਿਸਦੀ ਹੈ, ਮੋੜ ਮੋੜ ਜਿਹੜੇ ਇਸ਼ਾਰੇ ਕਰਨਾ ਤੂੰ ਮੇਰੀ ਅੱਖ ਦਾ ਰਾਹ ਲੈਣਾ। ਇਹ ਤੈਨੂੰ ਡਾਕਟਰ ਆਖਿਆ ਮਹੀਨੇ ਅੱਧੇ ਵਾਸਤੇ ਬਾਣ ਵਾਸਤੇ ਕਿ ਉਸ ਆਖਿਆ ਹਜ਼ਾਰ ਮਜ਼ਦੂਰ ਹੋ ਕੇ ਮੰਜੀ 'ਤੇ ਬਹਿ ਜਾਵੀਂ। ਉਹ ਬੜਿਆ ਤਾਂ ਤੈਨੂੰ ਮੈਨੂੰ ਥੋੜ੍ਹਾ ਨਸ਼ਾ ਤੇਰਾ। ਕਿਹਦਾ ਨਸ਼ਾ ਤੈਨੂੰ? ਭਾਅ ਮੈਨੂੰ ਪਤਾ ਵਾ ਮੇਰਾ ਢੱਡੀ ਵਾਲਾ ਪੋਤਰ ਵਧਾ ਹੈ। ਆਹ ਢੱਡੀ ਵਾਲਾ ਪੋਤਰ ਵਧਾ ਹੈ, ਜੇ ਕੋਈ ਟੁੱਕਰ ਖਾਵੇ ਤਾਂ ਤੇਰੇ ਹਾਲ ਹਾਲ ਪਈ ਹੋ ਜਾਂਦੀ ਹੈ। ਏਡਾ ਤੂੰ ਰਹੀ ਸਿਆਸਮ ਬਣਿਆ ਬੈਠਾ ਜੇ ਤੇਰੇ ਬੂਹੇ ਤੂੰ ਤਾਂ ਕੁੱਤਾ ਬਜਦਾ ਭੋਖ ਤੂੰ ਟਾਪ ਜਾਂਦਾ ਹੈ। ਮਗਰ ਪੋਤਰ ਮੇਰਾ ਧੂਆਂ ਨੂੰ ਮੈਂ ਮਾਰ ਗਿਆ ਤਾਂ ਧੋਇਆ ਨਹੀਂ ਬਾਲਣੀ ਪਿੱਛੇ। ਆ ਤਾਂ ਹੀ ਮੋਕ ਨਾ ਬੰਦਾ ਡੇਂਦਾ ਵਾ ਨਾ, ਹਾਂ ਮਕੌੜੇ ਨਾਲ ਠੁੱਡਾ ਵਧਾ ਦੇ ਤਾਪ ਨਹੀਂ ਲਾਉਂਦਾ ਜਿਹੜਾ ਤੂੰ ਮੈਨੂੰ ਸੇਬ ਖਵਾਈ ਖਲੋਤਾ। ਕਰ ਯਾਰ ਜਿਵੇਂ ਤੇਰੀ ਮਰਜ਼ੀ ਕਰੇਂਦੀ ਹੈ ਨਾ, ਤੂੰ ਉਹਨੇ ਕੀਤੀ ਆ ਤੈਨੂੰ ਖੁੱਲੀਆਂ ਛੁੱਟੀਆਂ। ਆ ਤੇਰੀ ਮੰਨਾ ਕਦੀ ਕਿਸੇ ਤੇ ਗੱਲ ਪਿਆ ਖਲੋਵਾਂ, ਕਦੀ ਕਿਸੇ ਤੇ ਗੱਲ ਪਿਆ ਖਲੋਤਾ ਵਾਂ। ਉਹ ਬੜਿਆ ਵੀਰਾਂ ਤੇ ਇਹੀ ਤਾਂ ਗਰੂਰ ਹੁੰਦੇ ਨੇ। ਨਹੀਂ ਨਹੀਂ ਸੋਹਣੇ ਗਰੂਰ ਕੀਤੀ ਹਮਨਾ, ਸੋਹਣੇ ਮੁਕਾਨ ਚੱਲੇਂਦਾ ਹਮਨਾ। ਆ ਤੇਰੇ ਦਮੇ ਮਰਨਾ ਨਾ, ਮੈਨੂੰ ਇਹ ਯੋਲ ਪੇ ਮੱਕ ਲਿਆ ਤੇਰੀ ਮੰਜੀ ਕਿਵੇਂ ਚਾਲ ਜਾਮਣੀ ਹੈ। ਜਿਤਨਾ ਮਿਲੋ ਮੇਰੀ ਮੰਜੀ ਨਾਲ ਆਉਣਾ ਹੈ ਨਾ, ਇਤਨੀ ਤੇਰੀ ਸੋਚ ਵੀ ਨਹੀਂ ਆਉਣੀ। ਉਹਨਾਂ ਦੁਆ ਮੰਗਣੀ ਬਿਸ਼ਾਲਾ ਚਾਰ ਦੇ ਪਹਿਲੇ ਮਰਦਾ, ਹੋਰ ਨਾ ਤੇਰੇ ਅਫਸੋਸ ਵਾਸਤੇ ਕੋਈ ਨੂੰ ਆਉਣਾ। ਕਿਸੇ ਲਈ ਅੱਲਾ ਦੇ ਬੰਦਿਆ ਕੋਈ ਅੱਲਾ ਤੋਬਾ ਕੀਤੀ, ਕੋਈ ਕਿਸੇ ਨਾਲ ਇਨਸਾਨੀਅਤ ਵਾਲੀ ਗੱਲ ਕਰ ਲਈ, ਠੀਕ ਹੈ ਪਿਓ ਹੈ ਮੈਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਲੇਕਿਨ ਇਹ ਕਿ ਤੂੰ ਕੁਝ ਨਾ ਆਪਣੇ ਆਪ ਦੀ ਮੈਂ ਮਾਰ ਗਰੂਰ ਮਿਟਾ, ਵਿਰਾਹ ਨੂੰ ਵਿਰਾਹ ਸਮਝ, ਲਗਦੇ ਨੂੰ ਲਗਦਾ ਸਮਝ, ਵਸੇਬ ਨੂੰ ਵਸੇਬ ਸਮਝ। ਬਸ ਕਰ ਬਸ ਕਰ, ਤੂੰ ਮੈਨੂੰ ਨਸੀਤਾਂ ਦੇਵਣ ਵਾਲਾ ਹੈ ਤਾਂ ਅਲੋ ਤੂੰ ਚਾਹ ਲਾ ਬੰਦੂਕ ਤਾਂ ਸਾਰੀ ਨਹੀਂ ਤੇ ਵਗਾ। ਗੱਲ ਕਿਦੋਂ ਆਉਂਦੀ ਆਉਂਦੀ ਪਈ ਆਉਂਦੀ, ਤੂੰ ਮੈਨੂੰ ਅਗਲੀਆਂ ਨਸੀਤਾਂ ਦੇਵਣ ਲੱਗ ਪਈ ਨਾ। ਨਹੀਂ ਪਰ ਮੇਰੀ ਚੋਪ ਪੇ ਜਿਵੇਂ ਦਿਲ ਲਈ ਵਗਾ। ਇੱਕੋ ਇੱਕ ਆਈ, ਇਹ ਵੀ ਚਾਚਿਆਂ ਦੀ ਸਾਈਡ ਲੈਂਦਾ, ਇਹਨੂੰ ਇਹ ਨਹੀਂ ਪਤਾ ਬਈ ਉਹ ਵਰਦਾ ਕਿਦੋਂ ਪਿਆ, ਲਾਂਦਾ ਕਿਦੋਂ ਪਿਆ, ਕਰਨਾ ਕੀ ਇਹ ਨਹੀਂ ਕਰਨਾ। ਮੈਂ ਤਾਂ ਹੈਰਾਨ ਪਰੇਸ਼ਾਨ ਹਾਂ ਇਸ ਛੁਆਰ ਤੋਂ, ਸਮਝ ਤੋਂ ਹੀ ਗੱਲ ਬਾਹਰ ਹੋਈ ਖਲੋਤੀ ਹੈ। ਇੰਜੇ ਮੇਰੇ ਪੁੱਤਰੋਂ ਹੋ ਯਾ ਬੇਲੀ ਆ ਗਿਆ ਬਹੁਤ ਢੇਰ ਸਾਰਾ ਮੋੜ ਚੋਖਾ, ਅੱਗੇ ਖਾਵਣ ਦੀ ਲੱਭਦੀ ਨਹੀਂ ਪਈ, ਉਦੋਂ ਹੀ ਨਹੀਂ ਆਦਾ ਨਾ ਵੇਦਾ ਪਿਆ 96,000 ਰੁਪਇਆ ਮਾਰ ਗਤੇ ਹੋਈ। ਤੇ ਹੁਣ ਇੰਜੇ ਤੁਹਾਡੇ ਤਾਂ ਮੈਂ ਆ ਨੂਰ ਵੇਖੀ ਬੈਠਾ, ਚਾਰ ਭਾਰ ਉਠਿੰਦੇ ਹੋ ਤਾਂ ਬਾਜ਼ਾਰ ਹੁੰਦੇ ਨੇ ਤੇ ਤੁਸੀਂ ਹੁੰਦੇ ਹੋ, ਮੇਰਾ ਕੋਈ ਘਰੋਂ ਆ ਤਾਂ ਹੁਣ ਮੈਨੂੰ ਪਰੇਸ਼ਾਨੀ ਤਾਂ ਕਾਹੀ ਨਾ। ਗਰਮੀ ਜਿਹੜੀ ਤੂੰ ਘਵਾ ਕੀਤੀ ਖਲੋਤੀ ਕੀ ਕੰਮ ਕਰੀਏ ਦੱਸ। ਤੇ ਹੁਣ ਮੈਂ ਜਾਊਂ ਨਾ ਹੁਣ ਮਾਰ ਵਰਿਆਮ ਕੋ ਬਾਈਏ ਕੋਲ, ਤੇ ਉਹਦਾ ਇੱਕ ਤਾਂ ਹਾਲ ਚੀਲਾ ਚਾ ਲਿਆ ਨਾ, ਤੇ ਉਹ ਉਹਦੇ ਕੋਲ ਕੋਈ ਪੈਸਾ ਮੰਗਸਾ ਤੇ ਉਹ ਬਿੱਲ ਭਰੇ ਨੇ ਆ। ਹੋਇਆ ਤਾਂ ਤੇਰਾ ਵੀਰਾ, ਹਾਂ ਬੰਦਾ ਹੀ ਤੂੰ ਬੈੜਾ ਹੀ। ਉਹ ਭਾਈ ਮੇਰਾ ਬਿਰਾ ਹੈ, ਤੁਸੀਂ ਮੈਨੂੰ ਦੱਸਣ ਵਾਲੇ ਹੋ। ਕਾਈ ਗੱਲ ਤੈਨੂੰ ਕੀਤੀ ਅਸੋ ਉਹਦੇ ਹੱਥੀ ਪਾ, ਅਸੀਂ ਉਹਦੇ ਹੱਥੀ ਪਾ ਜਾ, ਉਹ ਸਾਥੀ ਪਾ ਜਾ ਬਣਾ। ਬਈ ਹੁਣ ਇਹ ਦੱਸ ਬਈ ਉੱਥੇ ਸਾਡਾ ਪਿਓ ਮਰਿੰਦਾ ਗੱਤੇ ਉਹਦਾ ਸੀ, ਤੂੰ ਐਤ ਬੈਠੇ ਰਹਾ ਸਾਂ ਤੇ ਆ ਮਗਰੂ ਕੋਈ ਧਿਆਨ ਤੱਪਾ ਰੱਖਿਆ ਤਾਂ ਮੈਂ ਹੋ ਸਕਦਾ ਦੰਮੀ ਹੱਤਾ। ਚਲੋ ਠੀਕ ਹੈ, ਅੱਲਾ ਖੈਰ ਰੱਖੀ, ਟਾਈਮ ਨਾਲ ਜੇ ਆਤ ਮੋੜ ਹੱਟਣ ਵਾਲੀ ਕਰੀ ਮੇਰੀ ਆਏਂਗੇ। ਸੱਚਾ ਹੋਇਆ ਬੰਦਾ ਇਹ ਤਾਂ ਮੂੰਹ ਡਾਟਾ ਗਿਆ, ਪਿਓ ਹੀ ਵੱਧ ਗਿਆ। ਠੀਕ ਉਹਨੂੰ ਰੱਬ ਸਾਈਂ ਚਾਰ ਛਿੱਲੜ ਦਿੱਤੇ ਆ, ਤੂੰ ਆਪਣੇ ਆਪ ਤੇ ਬੜਾ ਫਖਰ ਕਰਦਾ ਹੈ। ਇਹ ਨਹੀਂ ਸੁ ਪਤਾ ਬਗਰੂਰ ਦਾ ਸਾਰ ਹਮੇਸ਼ਾ ਨੀਚੇ ਹੁੰਦਾ, ਉੱਤੋਂ ਕਦੀ ਨਹੀਂ ਟੱਪਿਆ। ਬਾਕੀ ਉਹ ਰਬਾਜਿਆ ਕੋਈ ਮਾਲ ਦੀ ਕਰ ਲਈ ਹੈ ਤੇ ਉਹ ਉੱਤੇ ਵੱਗ ਗਿਆ ਸੀ।
ਡੋਰਾਂ ਦੀ ਕਰ ਲਈ ਹੈ ਤੇ ਮੋੜ ਬਾਬਾ ਬਹੁ ਡਾਟਾ ਹੈ ਮੈਨੂੰ ਪਤਾ ਆਇਆ ਬੇਟਾ ਸੁਣਾ ਮੁੜ ਮੈਂ ਤਾਂ ਹੁਣ ਆਇਆ ਫੈਸਲਾ ਵਾਦੂ ਮੁੜ ਪੜ੍ਹਾਈ ਕਿਸ ਤਰ੍ਹਾਂ ਜਾ ਰਹੀ ਹੈ ਤੇਰੀ ਫਸਟ ਆਇਓ ਠੀਕ ਹੋ ਗਿਆ ਬੇਟਾ ਸੁਬਹਾ ਸਵੇਰੇ ਉੱਠਿਆ ਕਰ ਟਾਈਮ ਨਾਲ ਮਸਜਿਦ ਗਿਆ ਅਰਬੀ ਪੜ੍ਹੀ ਠੀਕ ਹੈ ਨਾ ਉਸ ਤੋਂ ਬਾਅਦ ਘਰ ਆਇਆ ਖਾਣਾ ਕਰਕੇ ਟਾਈਮ ਨਾਲ ਸਕੂਲ ਗਿਆ ਸਕੂਲੋਂ ਆ ਕੇ ਮੋਟੀਸ਼ਨ 'ਤੇ ਚਲਾ ਗਿਆ ਠੀਕ ਹੈ ਬੇਟਾ ਮੁੜੇ 9 ਵਜੇ ਜਿਸ ਤਰ੍ਹਾਂ ਤੇਰੇ ਪਿਤਰੇਰ ਨਿਕੰਮੇ ਬਣ ਗਏ ਨਿਖੱਟੂ ਉਸ ਤਰ੍ਹਾਂ ਨਾ ਹੋਵੇ ਮੁੜ ਤੂੰ ਵੜੇ ਹੋਇਆ ਠੀਕ ਹੈ ਹਾਂ ਠੀਕ ਹੋ ਗਿਆ ਮੇਰਾ ਪੁੱਤਰ ਇਨਸ਼ਾਅੱਲਾ ਪੜ੍ਹਾਈ 'ਤੇ ਜ਼ੋਰ ਦੇ ਠੀਕ ਹੈ ਠੀਕ ਹੈ ਬੇਟਾ ਕੋਈ ਪੈਸਿਆਂ ਦੀ ਜ਼ਰੂਰਤ ਆਈ ਤੇ ਫੰਡੋਰੀ ਲੈਣਾ ਇਸ ਮੌਸਮ ਬਿੱਲਾਂ ਵਾਲੇ ਮੌਸਮ ਪੈਸੇ ਹੁੰਦੇ ਅੱਗੇ ਤੁਹਾਨੂੰ ਪਤਾ ਹੈ ਬਈ ਬਿੱਲ ਤਰ ਗਏ ਸਹੀ ਹੈ ਨਾ ਮੋਟਰ ਦਾ ਆਇਆ 1,28,000 ਉਹ ਹਿੱਸੇ ਤਾਂ ਦੇ ਚੜਿਆ ਠੀਕ ਹੈ ਉਸ ਤੋਂ ਬਾਅਦ ਆ ਗੋੜੀ ਵੇਹਦੇ ਪਏ ਇਹ ਸੇਲ ਕਰਦਾ ਵਾ ਨਾ ਤੇ ਜਿਸ ਟਾਈਮ ਹੀ ਸੇਲ ਹੋ ਗਈ ਹੈ ਤੁਹਾਡੀ ਪੇਮੈਂਟ ਕਲੀਅਰ ਹੋ ਜਾਸੀ ਸਹੀ ਹੈ ਚੌਕੀ ਚਾਹੀਦੀ ਤੁਹਾਨੂੰ ਪੇਮੈਂਟ ਮਾਰਜ 2 ਲੱਖ ਰੁਪਏ ਚਾਹੀਦਾ ਸਾਨੂੰ ਤਾਂ ਇੱਕ ਫੰਡਰ ਵੀ ਚਾਹੀਦੀ ਅੱਛਾ ਫੰਡਰ ਹੀ ਚਾਹੀਦੀ ਹੈ ਹੋਰ ਕੋਈ ਹੋਰ ਕੋਈ ਨਹੀਂ ਸਾਨੂੰ ਇਹ ਲਾਜ਼ਮੀ ਸਾਡਾ ਕੰਮ ਕਰੋ ਜਿੱਦੋਂ ਮਰਜ਼ੀ ਔਖੇ ਹੋ ਚਾਹੇ ਸੌਖੇ ਹੋ 2 ਲੱਖ ਹੀ ਤੁਹਾਨੂੰ ਮਿਲ ਜਾਸੀ ਤੁਹਾਡਾ ਰਾਸ਼ਨ ਪਾਣੀ ਕਿਹੜਾ ਉਸੇ ਮਹਿਮਾਨ ਉਸੇ ਉਹ ਲੰਗਰ ਹੀ ਮੈਂ ਤੁਹਾਨੂੰ ਜਾਨ ਕੇ ਰੋਟੀ ਮੈਂ ਦੇਸਾਂ ਠੀਕ ਹੋ ਗਿਆ ਜੀ ਹੋਰ ਕੋਈ ਹੁਕਮ ਮਕਾਮ ਹੋਵੇ ਤਾਂ ਮੁੜ ਮੈਸੇਜ ਕਰ ਦਿਵੇ ਠੀਕ ਹੈ ਜਾਂ ਮੁਨਸ਼ੀ ਵਧੋ ਸੀ ਇਦਾਂ ਹੀ ਪੈਣੀ ਵਾਲੀ ਸਾਈਡ ਵੱਲ ਉਹਨੂੰ ਦੱਸ ਦਿਵੇ ਠੀਕ ਹੋ ਗਿਆ ਭਾਈ ਇਹ ਸਾਡਾ ਤੇ ਉਹ ਲਾਜ਼ਮੀ ਸਾਨੂੰ ਕਰਕੇ ਦਿਓ ਸਾਨੂੰ ਬੇਫਿਕਰ ਹੋ ਜਾਓ ਕੋਈ ਹੋਰ ਮਸਲਾ ਮਸਾਇਲ ਹੁੰਦਾ ਤੇ ਦੱਸ ਦਿਵੇ ਮੁਨਸ਼ੀ ਨੂੰ ਲਿਖਾ ਦਿਵੇ ਉਹ ਮੈਂ ਦੱਸ ਦੇਸੀ ਇਹ ਇਨਸ਼ਾਅੱਲਾ ਸੁਬਾ ਤੁਹਾਡਾ ਕਲੀਅਰ ਹੋ ਜਾਸੀ ਠੀਕ ਹੋ ਗਿਆ ਮੁਨਸ਼ੀ ਨੂੰ ਲਿਖਾ ਦਿਵੇ ਮੈਂ ਸਾਹਿਬ ਫੈਸਲਾ ਬਾਅਦ ਜਾਵਣਾ ਕੱਲ ਸ਼ਾਮ ਨੂੰ ਤੁਹਾਡੀ ਪੇਮੈਂਟ ਕਿਹੜੀ ਓਕੇ ਹੋ ਜਾਸੀ ਠੀਕ ਹੋ ਗਿਆ ਠੀਕ ਹੋ ਗਿਆ ਮਿਹਰਬਾਨੀ ਅੱਛਾ ਠੀਕ ਹੋ ਸਾਹਮਣੇ ਆਏ ਸਾਈਡ ਤੇ ਚਾਹ ਕੇ ਰੱਖ ਲਓ ਉਦੋਂ ਚਾਚਾ ਆਉਂਦਾ ਪਿਆ ਹੈ ਤੇ ਮੁੜ ਸਾਡੀਆਂ ਕਰਤੂਤਾਂ ਦਾ ਉਹਨੂੰ ਨਾ ਪਤਾ ਲੱਗ ਜਾਵੇ ਤੂੰ ਜਿਹੜਾ ਬੰਦਾ ਹੈ ਨਾ ਤੂੰ ਸਾਰੀ ਉਮਰ ਨਹੀਂ ਸਮਝ ਸਕਦਾ ਕਿ ਉਹਨਾਂ ਦੂਰ ਤੂੰ ਡਰ ਕੇ ਰਹਿਣਾ ਹੁੰਦਾ ਤੇ ਹੋਰ ਉਹਨਾਂ ਨੂੰ ਕੀ ਆਉਂਦੇ ਨੂੰ ਸਿੰਘਾਂ 'ਤੇ ਚਾਹ ਲਈਏ ਆਹ ਚੀਜ਼ਾਂ ਲੁਕਾ ਜਿਹੜਾ ਸਾਰਾ ਸੋਚਿਓ ਜਾਈਏ ਨਾ ਉਹ ਨਾ ਮਿੱਟੀ ਰਲਾ ਇਹ ਆਹ ਚਾਹ ਕੇ ਮੈਨੂੰ ਸਾਈਡ 'ਤੇ ਰੱਖਣ ਦੇ ਯਾਰ ਪਤਾ ਨਹੀਂ ਖਾਵਾ ਰਬਾਸ ਤੂੰ ਜਿਹੜਾ ਬੰਦਾ ਹੈ ਨਾ ਤੂੰ ਸਾਰੀ ਉਮਰ ਨਹੀਂ ਸੁਲਝ ਸਕਦਾ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਭਾਈਆ ਠੀਕ ਹੈ ਅੱਲਾ ਦੇ ਕਰਾਮ ਸ਼ੁਕਰ ਅਲਹਮਦੁਲਿਲਾ ਇੰਜੇ ਛੋਰਾਂ ਦਾ ਕੰਮ ਧੰਦਾ ਕੋਈ ਨਾ ਬਿੱਲ ਆ ਗਿਆ 96,000 ਮੈਂ ਆਖਿਆ ਬਾਈਏ ਕੋਲ ਜਾਣਾ ਉਹਦੇ ਕੋਲ ਕੋਈ ਬਿੱਲ ਮੀਟਰ ਨਾ ਕੱਟੀ ਜਾਵੇ ਨਹੀਂ ਇਹ ਦੱਸ ਭਾਈ ਤੇਰੀ ਔਲਾਦ ਦਾ ਮੈਂ ਠੇਕਾ ਚਾਹੇ ਹੋਇਆ ਜੋ ਕੰਮ ਨਹੀਂ ਕਰਨ ਦਿੱਤਾ ਯਾ ਤੇਰੇ ਬਿੱਲ ਦਾ ਮੈਂ ਠੇਕੇਦਾਰ ਲੱਗੋ ਆ ਬਈ ਤੂੰ ਜਨਾਬ ਦੂਏ ਜਿਹੜੇ ਮੂੰਹ ਚਾ ਕੇ ਉਹਦਾ ਫੰਨਾ ਹੁੰਦਾ ਤੇ ਕੀ ਬਈ ਮਿੱਲਾ ਚਲਦੀ ਆ ਭਈ ਕੀ ਤੋਂ ਮੈਨੂੰ ਵੇਖਿਓ ਯਾਰ ਇੱਕੇ ਮਾਂ ਪਿਓ ਦੇ ਪੋਤਰਾ ਆਇਆ ਓ ਯਾਰ ਛੱਡ ਮਾਂ ਪਿਓ ਨੂੰ ਮਾਂ ਪਿਓ ਮਰ ਗਏ ਹੋਇਆ ਮਾਂ ਪਿਓ ਮੋਰੀ ਤੋਂ ਤੂੰ ਮੈਨੂੰ ਆਣ ਕੇ ਸੁਣਾਈਨਾ ਤਾ ਓ ਯਾਰ ਮੈਂ ਤੈਨੂੰ ਪਹਿਲਾਂ ਪਰਾਂ ਮਾਲੂ ਧੱਕੇ ਸਾ ਤੇਰੇ ਮੂੰਹ ਦੇ ਉੱਤੇ ਯਾਰ ਤੂੰ ਹੱਥ ਤੋਂ ਕਹਿ ਟੱਪਿਆ ਜਾਂਦਾ ਮੇਰੇ ਨਾਲ ਯਾਰ ਨਹੀਂ ਨਾ ਦਾ ਕੰਮ ਲੱਗਾ ਤੇ ਮੋੜ ਤੇ ਕੰਮ ਨਹੀਂ ਲੱਗੇ ਤਾਂ ਮੈਂ ਠੇਕਾ ਚਾਹੀਦਾ ਤੇਰੇ ਕੰਮ ਦਾ ਯਾ ਮੈਂ ਉਹਨਾਂ ਦਾ ਜਵਾਬਦਾਰ ਹਾਂ ਆਪਣੀ ਔਲਾਦ ਨੂੰ ਸਮਝਾ ਕਿਉਂ ਨੂੰ ਸਮਝਾਈਂਦਾ ਮੇਰਾ ਤਾਂ ਕਹਿਣਾ ਮਤੇ ਤੂੰ ਯਾਰ ਓ ਯਾਰ ਪਰਾਂ ਕਰ ਹੱਥ ਤੂੰ ਮੇਰੇ ਕੋਲੋਂ
ਤੂੰ ਇੱਥੇ ਬੈਠੋ ਮੈਨੂੰ ਚੰਗਾ ਲੱਗਦਾ ਪਿਆ। ਵੱਡਾ ਆ ਗਿਆ ਜੀ, ਮੇਰਾ ਬਿੱਲ 96,000 ਆ ਗਿਆ ਤੇ ਫਲਾਣਾ ਆ ਗਿਆ ਤੇ ਢਿਮਕਾਣਾ ਆ ਗਿਆ। ਓ ਯਾਰ ਪਰਾ ਉੱਠ, ਹੱਥ ਕਾਟ ਪਰਾ। ਮੈਂ ਤੈਨੂੰ 101 ਵਾਰੀ ਸਮਝਾਇਆ ਚਾਹੁੰਦਾ, ਅਵੇਲ ਤਾਂ ਮੇਰੇ ਡੇਰੇ ਤੇ ਨਹੀਂ ਆਉਣਾ, ਤੇ ਜੇ ਆਉਣਾ ਹੈ ਤਾਂ ਬੰਦਿਆਂ ਵਾਂਗ ਆਉਣਾ। ਮੈਨੂੰ ਆ ਤੁਹਾਡੇ ਲੋਚ ਗੱਲਾਂ ਮੱਲਾਂ ਜਿਹੜੀਆਂ ਨੇ ਮੈਨੂੰ ਨਹੀਂ ਚੰਗੀਆਂ ਲੱਗਦੀਆਂ। ਓ ਯਾਰ ਠੀਕ ਹੈ, ਮਾਂ ਪਿਓ ਦਾ ਮਾਂ ਪਿਓ ਕੀ, ਮਾਂ ਪਿਓ ਮਰ ਗਏ ਹੋਇਆ। ਚਲੋ ਜੀ ਤੂੰ ਨਿਕਲ ਪਰਾ ਇੱਥੋਂ। ਓ ਯਾਰ ਤੂੰ ਮੋਰ, ਮੈਂ ਤੈਨੂੰ ਆ ਲੱਗਤੀ ਹੈ ਮੋਰ ਬੈਂਕ ਇੱਥਾ ਮੋਰ ਬੈਂਕ ਇੱਥਾ। ਮੈਂ ਵੱਡਾ ਤੂੰ ਛੋਟਾ, ਜਾਂਦਾ ਮੈਂ ਪਿਆ ਪਰ ਸਦਾ ਲੈੜੇ ਇੱਕੋ ਜਿਹਾ। ਓ ਯਾਰ ਤੂੰ ਚੁੱਪ ਕਰਕੇ ਜਾ, ਮੇਰਾ ਦਿਮਾਗ ਅੱਗੇ ਬਹੁਤ ਖਰਾਬ ਹੋਇਆ ਖਲਾ, ਤੇ ਮੈਂ ਤੈਨੂੰ ਇੰਨੇ ਇੱਥੇ ਨੱਪ ਕੇ ਨਾ ਤੇ ਮੈਂ ਤੇਰੇ ਨਾਲ ਕੁਝ ਹੋਰ ਚੱਕਰੇ ਸਾਂ। ਚੱਲ ਜਾ ਅੱਗਾ ਜਾ, ਵੱਡਾ ਆ ਗਿਆ ਹੈ। ਦੂਏ ਦਿਹਾੜੇ ਆ ਖਲੇ ਹੁੰਦੇ, ਟ੍ਰੀਏ ਦਿਹਾੜੇ ਆ ਖਲੋਤੇ ਹੁੰਦੇ ਨੇ। ਆਪਣੇ ਪੁੱਤਰਾਂ ਨੂੰ ਸਮਝਾਇਓ, ਮਿਹਨਤ ਕਰੋ। 8ਵੇਂ ਦਿਨ ਆ ਜਾਂਦੇ ਨੇ, ਅੱਜ ਬਿੱਲ ਕੋਈ ਨਹੀਂ, ਅੱਜ ਘਰ ਆਟਾ ਕੋਈ ਨਹੀਂ, ਅੱਜ ਲੂਣ ਮਿਰਚਾਂ ਕੋਈ ਨਹੀਂ। ਬਹੁ ਅੱਜ ਰੇਸ ਹੋਇਆ ਬੈਠਾ, ਖੈਰ ਤਾਂ ਆਈ, ਕੀ ਗੱਲ ਹੋਈ ਹੈ? ਓ ਯਾਰ ਖਬਰ ਮੈਂ ਕੀ ਦੱਸਾਂ ਤੈਨੂੰ, ਮੁੜ ਕੀ ਗੱਲ ਹੋਈ, ਕੀ ਹੈ ਦਾਮੀ ਦੱਸ ਤਾਂ ਸਹੀ। ਹੁਣ ਉਹ ਚਾਨਣ ਸਾਹਿਬ ਆ ਗਿਆ। ਅੱਛਾ, 96,000 ਬਿੱਲ ਆਇਆ ਪਿਆ ਜੀ, ਬਿੱਲ ਦਿਓ ਮੈਨੂੰ। ਅੱਛਾ, ਤੇ ਮੁੜ ਤੁਸਾਂ ਕੀ ਅੱਗੋਂ ਆਖਿਆ? ਓ ਯਾਰ ਮੈਨੂੰ ਬਹੁ ਅਲਰਜੀ ਹੈ ਇਹਨਾਂ ਅਧਰੋਂ। ਬਿਰਾ ਤਾਂ ਆਈ। ਓ ਯਾਰ ਛੱਡ ਬਿਰਾ ਨੂੰ, ਅੱਜ ਦੇ ਦੌਰ ਦੇ ਵਿੱਚ ਬਿਰਾ ਕਿਸੇ ਦਾ ਹੈ ਹੀ ਕੋਈ ਨਾ। ਓਏ ਸਦਾ ਦੇ ਇੱਕੋ ਜਿਹੇ ਨਹੀਂ ਰਹਿੰਦੇ, ਆਹ ਪੈਸਿਆਂ ਜਿਹੜਾ ਨਾ ਇੰਨਾ ਕੋਈ ਨਹੀਂ ਪਾਰਟ ਪਾਉਣ ਦਾ, ਤੇ ਮੈਨੂੰ ਲੱਗਦਾ ਤੇਰੀਆਂ ਮੈਨੂੰ ਭੋਗਣੀਆਂ ਪਵਣੀਆਂ ਹੈ ਨੇ, ਕਿ ਹਾਂ ਤਾਂ ਮਿਰਚਾਂ ਖਾ ਕੇ ਜੰਮਿਆ। ਕਿਸੇ ਲਈ ਬੰਦਾ ਸਕੂਨ ਨਾਲ ਗੱਲ ਕਰ ਲੈਂਦਾ ਯਾਰ, ਮੇਰਾ ਖਾਵਾ ਰਾਜ ਬਹੁ ਦਿਮਾਗ ਹਾਈ ਹੋਇਆ ਖਲੋਤਾ, ਤੇ ਘਰ ਦੇ ਟੱਕਰ ਮਾਰੇ ਇੰਜ ਤਾਂ ਨਾ ਮੁਲਕ ਦੇ ਗੱਲ ਪਾਓ। ਬਾਰਾ ਉਹਨਾਂ ਨੂੰ ਆਖ ਛੱਡੀ, ਮੇਰੇ ਲਾਵਣ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੂੰ, ਮੈਨੂੰ ਸੋਹਣਾ ਰੱਬ ਦਿੰਦਾ ਪਿਆ, ਕੋਈ ਉਹਨਾਂ ਨੇ ਦਿੱਤਾ ਹੋਇਆ। ਰੱਬ ਦਿੰਦਾ ਹੈ ਤੇ ਕਿਸੇ ਅਮਾਲਾ ਨਾਲ ਦਿੰਦਾ ਹੈ, ਉਹ ਨਾ ਹੋਵੇ ਮੁੜ ਬੈਠੋ ਮੈਂ ਰਾਵੀ ਦਾ ਰਾਹ ਪੁੱਛਦਾ। ਭਾਈ ਤੂੰ ਵੀ ਚਾਚਿਆਂ ਦੀ ਸਾਈਡ ਲੈਂਦਾ, ਤੂੰ ਵੀ ਚਾਚਿਆਂ ਨਾਲ ਰਲ ਜਾ ਬਸ। ਉਹ ਸਾਈਡ ਮੈਂ ਨਹੀਂ ਲੈਂਦਾ, ਲੇਕਿਨ ਕਿਸੇ ਲਈ ਹੁੰਦੀ ਹੈ ਭਾਈ, ਕਿਸੇ ਲਈ ਅੱਠਾ ਬਾਰਾਂ ਬੰਦਾ ਇੱਕ ਦੀਵਾਰੀ ਤੱਕ ਬੰਦਾ ਸਕੂਨ ਨਾਲ ਗੱਲ ਕਰ ਲੈਂਦਾ, ਜਾਂਦਾ ਮੈਂ ਪਿਆ, ਮੇਰੀ ਗੱਲਾਂ ਤੈਨੂੰ ਲੱਗਦੀਆਂ ਕੌੜੀਆਂ, ਇਹ ਗੱਲਾਂ ਤੂੰ ਦਰੂਦੀਆਂ ਮੈਨੂੰ ਸਮਝਾਉਣੀਆਂ ਜਿਹੜੀਆਂ ਮੈਂ ਤੈਨੂੰ ਸਮਝਾਈਂਦਾ। ਮੇਰੇ ਹਾਲ ਤੇ ਛੱਡ ਦੇ ਯਾਰ ਤੂੰ ਜਾ। ਟਰੈਕਟਰ ਮੈਂ ਦੌਰ ਵੀ ਹੋਰ ਆਈ, ਮੇਰੇ ਹਾਲੇ ਤੀਕਰ ਆਪਣੇ ਚਾਰ ਮੁਰਬੇ ਮੁੰਜੀ ਦੇ ਪੈਣ। ਉਹ ਟਰੈਕਟਰ ਜਿਹੜਾ ਉਹ ਮੈਂ ਉਦੋਂ ਵੇਲਾ ਹੋ ਸੀ ਤਾਂ ਹਾਲੇ ਤੀਕਰ ਅਸਤਾ ਜਿਹੜੇ ਪੁੱਤ ਆਰਾਮ ਕਰ ਤੋਂ ਮਾਰ ਜੀ ਬੈਠਾ ਰਲ ਬੈਠਾ ਮਤਲਬ ਪੰਦਾ ਰਹਿੰਦਾ ਤੇ ਮੈਂ ਆ ਜਾਂਦਾ ਪਿਆ। ਮੇਰਾ ਪੁੱਤਰ ਤੂੰ ਖੈਰ ਨਾਲ ਜਾ, ਤੇ ਮੇਰਾ ਇਦੋਂ ਵੇਲਾ ਹੁੰਦਾ ਤਾਂ ਮੋੜ ਕਰ ਲਈ ਸਾਂ। ਚਲੋ ਜੀ ਆ ਮੋੜੋ ਉਹ ਜਵਾਬ ਦਿੱਤਾ ਕੀ ਆਦਾ।
ਬੇਨਤੀ ਸੇ ਧੱਕੇ ਮਾਰ ਕੇ ਬਜਾ ਕੇ ਗਿਆ ਸੀ। ਉਹ ਜਿੱਡਾ ਹੀ ਉੱਚਾ ਮੇਰਾ ਮੋੜੀ ਵੀਰਾ ਯਾਰ, ਵੀਰਾ ਤਾਂ ਹੈ ਮੋੜ, ਸਾਨੂੰ ਚਾਚੇ ਦਾ ਕੋਈ ਨਹੀਂ ਪਤਾ। ਤੁਹਾਨੂੰ ਚਾਚੇ ਦਾ ਪਤਾ ਹੈ, ਮੇਰਾ ਤਾਂ ਵੀਰਾ ਹੈ ਨਾ, ਤੁਸੀਂ ਬਤਰੀਏ ਤਰੀਏ ਭਾਈ ਕਾ ਹੀ ਸੇ ਕੰਮ ਨਹੀਂ ਕੋਈ ਨਹੀਂ। ਚਲੋ ਕੋਈ ਕੰਮ ਹੋਵੇ ਤੇ ਕੰਮ ਤੇ ਨਿਕਲ ਜਾ ਗਿਆ। ਤੁਸਾਂ ਕੋਈ ਕਰਨਾ ਦੇ ਤਰਨਾ ਨੇ ਤਾਂ ਨਹੀਂ ਬੰਦੇ ਪੱਕੇ ਆ ਤੇ ਹੁਣ ਇਹ ਦੱਸੋ ਭਲਾ ਹੁਣ ਇੱਕ ਅੱਗੂ ਡੇਟ ਦਾ ਤੈਨੂੰ ਪਤਾ ਚੌਕੀ ਡੇਟ ਰਾਂਦੀ ਬੈਲ ਦੀ ਇੰਜ ਤਾਂ ਹੁਣ ਦੱਸੋ ਜਿਹਦੇ ਵੀ ਕੰਮ ਦੱਸ ਜਾਵੇ ਅਗਲੇ ਮਹੀਨੇ ਬਾਅਦ ਤਨਖਾਹ ਦੇਣੀ। ਹੁਣ ਇੰਜ ਕਰਨਾ ਮੇਰੀ ਮੰਨਦੇ ਹੋ? ਹਾਂ ਬਿਲ ਤਾਂ ਐ ਬਰੰਦੇ। ਅੱਛਾ ਇੱਥੇ ਬੰਦਾ ਆਦਾ ਮੈਂ ਬੰਦਾ ਰਲਾ ਬਣਾ ਸੀ ਇਹਦੀ। ਅੱਛਾ ਤੈਨੂੰ ਫਜਰਾ ਲੈਣਾ। ਹਾਂ ਮੈਂ ਕਿਹਦੇ ਜਾਸਾ ਤੂੰ ਤਾਂ ਪੱਠਿਆਂ ਦਾ ਕਰੀ ਨਾ, ਤੂੰ ਥਾਂ ਪੱਠਿਆਂ ਦਾ ਕਰੀ ਮੋੜ ਵੱਡਾ ਜੂ ਮੈਂ ਆ ਤੇ ਤੈਨੂੰ ਤਸੀਰੀ ਦੇ ਲੈਣਾ। ਹਾਂ ਅਸਲਾਮ ਅਲੈਕੁਮ ਜੀ ਬੜੇ ਭਾਈ। ਚੌਵੀ ਘੰਟੇ ਉਕੜੇ ਦੇ ਚੱਕਰ ਚ ਪੈ ਰਹਿੰਦੇ ਹੋ ਜੀ ਤੇ ਹਾਈ ਇੱਕ ਤੁਹਾਡੇ ਨਾਲ ਦਨੜਾ ਜਿਹਾ ਨਿਕੜਾ ਸਾਰਾ ਆਪਣੇ ਅਮਨ ਸ਼ੇਰ ਹੋ ਰਹੀ ਤੇ ਸਾਨੂੰ ਰਿਕੜੇ ਮਸ਼ੇਰ ਹੈ ਜੀ। ਤੁਹਾਨੂੰ ਪਤਾ ਗਰੀਬ ਮਸ਼ੇਰ ਹੋ ਜੀ, ਉਹਨਾਂ ਨੂੰ ਕੁਝ ਪੈਸੇ ਚਾਹੀਦੇ ਹਨ ਸ਼ਾਦੀ ਦੀ ਪਰੋਂ ਤੇ ਉਹ ਕਿਵੇਂ ਕੁਝ ਦੇ ਛੱਡੋ ਆ ਤਾਂ ਕੋਈ ਹਿਸਾਬ ਕਿਤਾਬ ਹੋ ਜਾਵੇ ਆ ਜੀ, ਗਰੀਬ ਬੰਦੇ ਹੋਏ ਜੀ। ਪਹਿਲੀ ਗੱਲ ਤੇ ਮੇਰਾ ਵਿਆਹ ਬਿਲਕੁਲ ਪੱਕਾ ਤੇ ਮੇਰੇ ਪੁੱਤਾਂ ਦੀ ਵਿਆਹ ਬਿਲਕੁਲ ਜੀ। 24 ਘੰਟੇ ਤੇਰੇ ਹੱਥ 'ਚ ਮੋਬਾਈਲ ਹੁੰਦਾ ਜੀ ਆ, ਟਿਕਟੌਕ ਤੇ ਤੂੰ ਹਰ ਟਾਈਮ ਰੁਕਦਾ ਹੁੰਦਾ ਜੀ ਆ, ਕਦੀ ਤੂੰ ਮੋਟਰਸਾਈਕਲ ਤੇ ਵਧ ਹੁੰਦਾ। ਹਾਂਜੀ ਇਹ ਗਰੀਬ ਲੋਕ ਇਸੇ ਵਾਸਤੇ ਸਿਰ ਤੇ ਚੜ ਜਾਂਦੇ। ਅੱਛਾ ਜੀ ਤੈਨੂੰ ਅੱਜ ਦਿੱਤੇ ਤਿਕਰ ਇਹ ਮੈਂ ਕਿਸੇ ਬੰਦੇ ਮਤ ਨਹੀਂ ਦਿੱਤੀ ਜੀ ਬਈ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ। ਇਹ ਜੀ ਹੁਣ ਤੁਹਾਨੂੰ ਪਤਾ ਵਾਲੇ ਤੇ ਮੋਹਤਰਮ ਟੋਰ ਕੇ ਦੁਨੀਆ ਤੂੰ ਇਹ ਤਾਂ ਮੱਤੀ ਸਾਨ ਦੇਵਣੀਆਂ ਤੁਸਾਂ ਤੇ ਮੋੜ ਤੁਸੀਂ ਮੇਰੇ ਨੇੜੇ ਲੱਗੇ ਹੋ ਜੀ ਬਈ ਮੈਂ ਤੁਹਾਨੂੰ ਮੱਤੀ ਦੇਵਾਂ। ਇਹ ਮੈਂਦਾ ਬਈ ਸਾਲ ਪਿੱਛੋਂ ਅੱਜ ਮੇਰੇ ਬੂਹੇ ਤੇ ਨੂੰ ਆਇਆ ਬੈਠਾ। ਤੁਹਾਨੂੰ ਪਤਾ ਹੈ ਟਿਕਟੌਕ ਤੇ ਮੋਬਾਈਲ ਤੇ ਫੈਸਲਾਬਾਦ ਮੋੜ ਫੇਰੇ ਟੋਰੇ ਤੇ ਦੋਸਤਾਂ ਨਾਲ ਰਮਿੰਦ ਹੋਇਆ ਜੀ, ਇਸ ਵਜ੍ਹਾ ਤੋਂ ਮੋੜ ਹੁਣ ਮੈਂ ਅੱਜ ਤੁਹਾਡੇ ਕੋਲ ਆਇਆ ਤਾਂ ਕੋਈ ਮਸਲਾ ਨਹੀਂ। ਹਿੱਲੇ ਦਾ ਵਸੀਲਾ ਹੈ, ਮਸੇਰ ਹਨ, ਗਰੀਬ ਹਨ, ਉਹਨਾਂ ਪੈਸੇ ਦੀ ਸਾਂ ਤੇ ਕੋਈ ਉਸੇ ਨਾ ਕੰਮ। ਇਹ ਮੈਂ ਦੱਸ ਵੀ ਅੱਗੇ 30 ਰੁਪਏ ਲੈ ਆਏ, ਹੁਣ ਇੱਕ ਝੂਠਿਆ ਫਕੀਰ ਜੀ ਆ, ਮੈਨੂੰ ਨਹੀਂ ਪਤਾ ਵੀ ਉਹ ਕੌਣ ਹੈ ਤੇ ਕੌਣ ਨਹੀਂ। ਕੌਣ ਉੱਠਿਆ ਜੀ? ਉਹ ਚਾਨਣ ਸਾਹਿਬ। ਤੁਹਾਨੂੰ ਪਤਾ ਸਾਡਾ ਵੱਡਾ ਵਿਰਾਹ ਹੋਇਆ ਜੀ। ਵੱਡਾ ਵਿਰਾਹ ਹੀ ਇਹ ਤਾਂ ਮੁਸੀਬਤਾਂ ਹੀ ਆ ਸਾਰੀਆਂ ਜੀ। ਇਹ ਮੈਂ ਦੱਸ ਦਾ ਵੱਡੇ ਵਿਰਾਹ ਤੇ ਔਲਾਦ ਕਾਈ ਨਹੀਂ। ਬਿਲਕੁਲ ਹੈਨ ਜੀ, ਦੋ ਪੁੱਤ ਉਹ ਨਹੀਂ ਕਰ ਸਕਦੇ। ਕਰ ਸਕਦੇ ਨੇ ਜੀ। ਤੂੰ ਮੈਨੂੰ ਇਹ ਦੱਸ ਬਈ ਤੂੰ ਹੱਡਾ ਕੱਟਾ ਇੱਕੋ ਜਿਹਾ ਮੇਰੇ ਨਾਲ ਤਾਂ ਤੇਰੇ ਜਿੰਦ ਵੀ ਜ਼ਿਆਦੀ ਹੈ, ਤੂੰ ਨੂੰ ਕਰ ਸਕਦਾ? ਬਿਲਕੁਲ ਜੀ ਕਰ ਸਕਦਾ ਜੀ, ਮੈਂ ਮੋੜ ਜੀ ਹੁਣ ਇਹ ਲੋਫਰ ਪਾਰਟੀ ਜੋ ਕੁਝ ਨਹੀਂ ਲੱਭਦਾ। ਹਾਂਜੀ ਮਿਹਨਤ ਕਰੀਵੇ ਤਾਂ ਅੱਲਾ ਪਾਕ ਉਸ ਦਾ ਜ਼ਿਲਾ ਦਿੰਦਾ ਹੈ। ਬਿਲਕੁਲ ਜੀ ਠੀਕ। ਇੰਨੇ ਕਿ ਕਿਵੇਂ ਹੋਰ ਵੇ ਐਵੇਂ ਗੱਲ ਹੈ ਜੀ। ਇਹ ਮੈਂਦਾ ਉਸ ਤੇ ਦੋ ਪੁੱਤਰ ਹਨ। ਬਿਲਕੁਲ ਜੀ ਉਹਦੀਆਂ ਹੁਣ ਕਬਰੇ ਲੱਤਾਂ ਹਨ। ਹਾਂਜੀ ਇਹ ਮੈਂਦਾ ਜੀ ਉਹ ਕਰੇਣਾ ਤਾਂ ਉਸ ਮੇਰੇ ਬੂਹੇ ਤੇ ਕੋਈ ਆਵਣਾ ਹੈ? ਕੋਈ ਨਾ ਜੀ, ਮੈਂ ਤੇ ਤਾਂ ਹੇਕ ਕੇ। ਬਿਲਕੁਲ ਉਹ ਮਿਹਨਤ ਕਰੇਂਦਾ ਹੈ। ਹਾਂਜੀ 24 ਘੰਟੇ ਉਹ ਆਪਣੇ ਕੰਮ ਵਿੱਚ ਮਸਰੂਫ ਰਹਿੰਦਾ ਹੈ। ਹਾਂਜੀ ਤਾਂ ਮੈਨੂੰ ਅੱਲਾ ਦੇ ਰੰਗ ਹੈ। ਬਿਲਕੁਲ ਜੀ ਕੀ ਉਸ ਤੇ ਅੱਲਾ ਰਾਜ਼ੀ ਨਹੀਂ ਹੋ ਸਕਦਾ? ਅੱਲਾ ਰਾਜ਼ੀ ਹੋ ਸਕਦਾ ਜੀ, ਉਹ ਵੀ ਗਰੀਬ ਆ ਤੇ ਗਰੀਬ ਮਸੇਰੀਆਂ ਪਾਰ ਵਾਲਾ ਕਿਹੜਾ ਰਕਬਾ ਹੈ, ਉੱਤ ਦੋ ਕਿਲੇ ਤੜੇ ਛੱਡੇ ਨਾ ਜੀ।
ਸਾਡਾ ਹੀ ਲਟੇਸ਼ ਪੂਣਾ ਹੋ ਜਾਸੀ, ਉਹਨਾਂ ਦਾ ਹੀ ਸਰ ਜਾਸੀ। ਚੰਗਾ ਪਿਓ ਹੈ ਤਾਂ ਆਏ ਤੇਰੀ ਮਿਹਨਤ ਕਰੇ ਨਾ ਉਹਨਾਂ ਦਾ। ਤੂੰ ਮੇਰਾ ਨਿੱਕਾ ਵੀਰਾ ਹੈ ਤੇ ਪੋਤਰੇ ਮੇਰਾ ਜੀ, ਇਹ مشورہ ਦੇ ਕਿਸੇ ਹੋਰ ਨੂੰ ਜਾ। ਨਹੀਂ ਪਿਓ ਹੈ ਤਾਂ ਮੈਂ ਮਿਹਨਤ ਕਰੇ ਨਾ ਤੇ ਮੈਨੂੰ ਹੋ ਜਾਸੀ। ਮੇਰਾ ਹੁਣ ਦਿਮਾਗ ਤਾਂ ਇੱਥੇ ਖਰਾਬ ਹੁੰਦਾ ਪਿਆ। ਮੈਂ ਆਦਾ ਪਿਆ ਜੀ ਮਿਹਰਬਾਨੀ ਹੋਸੀ ਜੀ ਤੁਹਾਡੀ, ਸਹੀ ਹੈ ਨਾ ਜੀ। ਮੈਂ ਬੋਇੰਦਾ ਨਹੀਂ ਵੇਚਣਾ ਇੱਕ ਟੱਪਾ ਵੀ, ਤੂੰ 2 ਕਿੱਲੇ ਸਿਰ ਵੇਚਣੇ ਨੂੰ। ਤੁਸੀਂ ਲੋਫਰ ਪਾਰਟੀ ਕਰਨੀ ਹੈ ਤਾਂ ਅਗਾਹ ਜਾ ਕੇ ਕਰੋ, ਆਪਣੀ ਮਿਹਨਤ ਕਰਕੇ ਆਪਣੀ ਮਜ਼ਦੂਰੀ ਕਰਕੇ ਖਾਓ। ਚੰਗਾ ਪਿਓ ਹੈ ਤਾਂ 2 ਕਿੱਲੇ ਸਿਰ ਵੇਚਣ ਦੇ। ਮੈਨੂੰ ਮਸ਼ਵਰੇ ਦੇਵਣ ਬੋਏ ਵੇਚਣ ਵਾਲੇ। ਮੁੜ ਹੁਣ ਕਹਿੰਦੇ ਨਾਲ ਕਵੜੇ ਹੋਇਆ ਹਾਂ ਮੈਂ ਤਾਂ ਜੇ ਲਈ ਆਉਣਾ ਤੇਰੇ ਕੋਲ ਬਹਿਣ, ਉਸੇ ਵੇਲੇ ਤੇਰੀਆਂ ਤਾਰਾਂ ਸ਼ਾਰਟ ਹੁੰਦੀਆਂ ਹਨ। ਉਹ ਹੁਣ ਦੂਆ ਆ ਗਿਆ ਮੋੜ ਕਿਹੜਾ, ਹੁਣ ਨਿੱਕਾ ਸਾਹਿਬ ਆ ਗਿਆ ਈ। ਜਿਹਨੇ ਜਾਬ ਹੁਣ ਪਾਰ ਵਾਲੇ ਜਿਹੜੇ 2 ਕਿੱਲੇ ਬੋਂਦੇ ਦੇ ਵਿੱਚ ਇੰਨੇ ਆਏ, ਕੁਝ ਉਨਾਨ ਚ ਦਿੰਦੇ ਆ ਤੇ ਕੁਝ ਮੈਂ ਟੇਕ ਟੋਕਾ ਬਣਾ ਕੇ ਤੇ ਕੁਝ ਮੈਂ ਐਸ਼ ਪਰਸਤੀ ਕਰ ਲਈ ਸਾਂ। ਓਏ ਉਹ ਅੱਗੇ ਮੈਨੂੰ ਹੀ ਦੱਸ ਪਈ ਏ ਕਿਸੇ ਗੱਲ ਦੀ ਰੂ, ਤਾਂ ਉਹ ਵੀ ਸੱਚਾ ਹੈ ਬਈ। ਹੁਣ ਮਸੇਰ ਹਨ ਉਹਦੇ, ਸਾਡੇ ਤੋਂ ਚਾਚੇ ਹੀ ਆ ਲੱਗਦੇ ਹਨ, ਤੇਰੇ ਹੀ ਉਹ ਮਸੇਰ ਹੋਏ ਤੇ ਹਮੇਸ਼ਾ ਵਸਦੇ ਬੂਹੇ ਤੇ ਹਰ ਕੋਈ ਆਉਂਦਾ ਹੈ। ਉਹਨਾਂ ਨੂੰ ਜੋ ਮਜਬੂਰੀ ਅੱਗੋਂ ਸ਼ਾਦੀ ਦੀ, ਉਹਨਾਂ ਉਹਦੇ ਅੱਗੋਂ ਆਣ ਕੇ ਇਮਦਾਦ ਮੰਗੀ ਵੀ ਹੈ ਚਾ, ਤਾਂ ਕੋਈ ਉਹਨਾਂ ਜੁਰਮ ਕਰ ਲਿਆ ਹੈ ਤੇ ਬਾਕੀ ਉਹ ਵੀਰਾ ਆਈ ਅੱਲਾ ਦੇ ਬੰਦਿਆ, ਵੀਰਾ ਵੀਰਾਵਾਂ ਦੇ ਦਰਦ ਵੰਡਦੇ ਨੇ। ਇਹ ਮੈਂ ਦੱਸੋ ਅੱਜ ਦੇ ਉਹ ਵੀਰਾ ਹਨ ਭਈ, ਇੱਕ ਸੁਰ ਦੀ ਖਾਂਦਾ ਪਿਆ ਨਾ, ਦੂਏ ਨੂੰ ਸੁਖਾ ਨਹੀਂ ਆਉਂਦਾ ਜਿਹੜੇ ਤੇ ਮੁਕਦਰਾਂ ਚ ਨਾ ਗਡੇਂਦਾ ਹਰ ਕੋਈ ਏ ਤੇ ਖਾਂਦਾ ਮੁਕਦਰਾਂ ਵਾਲਾ ਏ। ਦੰਮੀ ਏ ਜੋ ਮੈਂ ਗਡੇਂਦਾ ਪਿਆ, ਫਸਲ ਪੱਕ ਜਾਂਦੀ ਏ, ਤੂੰ ਸਟਾਮ ਕਰਾ ਕੇ ਆਇਆ ਬਈ, ਉਹ ਮੈਂ ਵਟਾ ਕੇ ਤੇ ਖਾਵਣੀ ਹੈ ਜਿੱਥੋਂ ਖਾਵਣੀ ਹੈ। ਦੰਮੀ ਜੋ ਮਰ ਜਾਵੇ ਦੋਵੇਂ ਤਾਂ ਪਿਛਲੇ ਆਖਣਾ ਚੰਗਾ ਮਗਰੋਂ ਲੱਥੇ। ਮੇਰਾ ਪੁੱਤਰ ਮੈਂ ਤੇਰੇ ਇਹ ਮਸ਼ਵਰੇ ਨਹੀਂ ਲੈਣੇ। ਅੱਛਾ ਤੂੰ ਵੀ ਸਾਈਡ ਲੈਣਾ ਉਹਨਾਂ ਦੀ, ਮੈਂ ਤੈਨੂੰ ਅੱਗੇ ਵੀ ਇੱਕ ਵਾਰੀ ਆਖ ਛੱਡਿਆ ਤੇ ਇਹ ਮੈਂ ਡਾਢੀ ਔਖਿਆਂ ਦੇ ਧੱਕਿਆਂ ਨਾਲ ਤੇ ਬੜੀ ਮਿਹਨਤਾਂ ਨਾਲ ਇਹ ਚੀਜ਼ਾਂ ਬਣਾਈਆਂ। ਮਸੇਰਾਂ ਦੇ ਕਬਜ਼ਾ ਕੀਤਾ, ਦੰਮੀ ਮਾਰ ਜਾਵੇ ਤੇਰੇ ਆਣ ਜਨਾ ਜਨਾ ਰਲ ਸੇ। ਅੱਛਾ ਅੱਛਾ ਜਾ ਬਸ ਕਰ, ਤੂੰ ਜਿਹੜੇ ਮਸ਼ਵਰੇ ਮੈਂ ਦੇ ਬਣੇ ਮੈਂ ਅੱਗੇ ਤੇਰੇ ਵੀ ਲਏ ਹੋਣ। ਤੂੰ ਸਾਈਡ ਨਾ ਮਸੇਰਾਂ ਦੀ ਲੈਣਾ, ਤੂੰ ਆਨਾ ਜਿਵੇਂ ਉਹ ਅਸੀਂ ਜਿਵੇਂ ਉਹ ਹੋਵੇ ਨਾ ਸਿਮੀਨੀ ਹੋ ਜਾਵੀਏ। ਅੱਲਾ ਕਰਸੀ ਅੱਲਾ ਦਾ ਬੀਬ ਹੋ ਜਾ ਸੀ ਮਾਲ ਨੂੰ, ਮੈਂ ਜਾ ਕੇ ਫੇਰਾ ਮਾਰੀ ਆਵਾ। ਮਾਲ ਮਾਸ਼ਾ ਅੱਲਾ ਸਹੀ ਖਲੋਇਆ, ਰਾਹ ਕੁਤਰਾ ਸ਼ੁਤਰਾ ਗੱਤ ਗਏ ਨੋ, ਬਾਕੀ ਠੀਕ ਹੋ ਗਿਆ ਮੁੜ। ਅੱਲਾ ਖੈਰ ਕਰੇ, ਮੁੜ ਵਟਸਐਪ ਤੇ ਰਾਤੀ ਵੀਡੀਓ ਕਾਲ ਕਰਸਾਂ, ਠੀਕ ਹੋ ਗਿਆ। ਓਕੇ ਜਨਾਬ, ਅੱਲਾ ਫੇਜ਼। ਮੈਂ ਤਾਂ ਮੋੜ ਯਾਦ ਰਹਾ ਮੇਰੇ ਵੀਰਾਂ ਦਾ, ਪਤਾ ਕਰਨਾ ਕਿਹੜਿਆ ਤੇਰਾ ਵੀਰਾਂ ਦਾ।
ਅੱਲਾ ਦੇ ਬੰਦਿਆ ਸਾਨੂੰ ਅੱਲਾ ਤਾਲਾ ਇਹ ਸਬਕ ਦਿੱਤਾ ਹੈ ਬਈ ਉਹ ਬਿਰਾਹ ਨੂੰ ਬਿਰਾਹ ਨਾ ਸਮਝਣ ਦਾ ਬੰਦੇ ਨੂੰ ਬੰਦਾ ਨਾ ਸਮਝਣ ਦਾ ਮੈਂ ਗੱਲ ਕਰਾਂ ਤਾਂ ਮੇਰੇ ਨਾਲ ਹੀ ਹੁਕਮ ਨਾ ਮੇਰੇ ਬਿਰਾਵਾਂ ਨੂੰ ਇੱਕ ਵਾਰੀ ਸਦਾ ਮੇਰੀ ਜਿੰਦਿਆਂ ਜਿੰਦਿਆਂ ਖਾਇਸ਼ ਮੈਂ ਉਹਨਾਂ ਨੂੰ ਦੇਖ ਲਈ ਚਾਚਾ ਹੋਇਆ ਤਾਂ ਉਸ ਆਖਿਆ ਈ ਗੱਲ ਤਾਂ ਨਾ ਕਰਨੀ ਹੋਈ ਹੈ ਪਿਓ ਪਰ ਜ਼ਾਲਿਮ ਬੜਾ ਰਿਹਾ ਏ ਆਪਣੇ ਕੀਤੀਆਂ ਅੱਗੋਂ ਆਈਆਂ ਸੂ ਜੇ ਗੱਲ ਕਰੀ ਵਿਆ ਨਾ ਇਸ ਦੇ ਬੂਹੇ ਤੂੰ ਹੱਸਦੇ ਆਉਂਦੇ ਹਨ ਬੰਦੇ ਤਾਂ ਰੋਂਦੇ ਵਾਪਸੀ ਜਾਂਦੇ ਹਨ ਹੱਸਦਾ ਬੰਦਾ ਮੈਂ ਕਦੀ ਨਹੀਂ ਵੇਖਿਆ ਇਤਨੇ ਸਰਮਾਇਆ ਹੋਣ ਦੇ ਬਾਵਜੂਦ ਬਿਰਾਵਾਂ ਨੂੰ ਪਤਾ ਲੱਗਾ ਸੂ ਬਿਰਾਵਾਂ ਨੂੰ ਕਿਹੜੇ ਮੂੰਹ ਨਾਲ ਦੱਸਾਂ ਮੈਂ ਜਿਹੜੇ ਜੇਲੇ ਆਉਂਦੇ ਹਨ ਦਾਣਾ ਤਾਂ ਲਾ ਕੇ ਵਗ ਜਾਂਦੇ ਹਨ ਆਇਆ ਹਾ ਤੇ ਉਹ ਦੁਆ ਉਹਦੀ ਵੀ ਬਿਜਤੀ ਕੀਤੀ ਸੂ ਤੇ ਉਹ ਵਗ ਗਿਆ ਕੋਈ ਨੀ ਉਸ ਤੂੰ ਧੋਖਾ ਭਾਂ ਕੇ ਉਹ ਆਇਆ ਆਖਰੀ ਕਿਆਰਿਆਂ ਨੂੰ ਪਾਣੀ ਦੇਵਣ ਹੋਇਆ ਬਹਰਾਲ ਜਿਵੇਂ ਇਹ ਕਰਕੇ ਦਿੰਦਾ ਪਿਆ ਨਾ ਬਰਦਾਸ਼ਤ ਤਾਂ ਨਹੀਂ ਹੁੰਦੀ ਪਈ ਬਹਰਾਲ ਮੁੜ ਵੀ ਮੈਂ ਮਰ ਜਾਵਣਾ ਮੇਰੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਪਿੱਛੇ ਚਾਚਿਆਂ ਨਾਲ ਵੀ ਤੇ ਪਿਤਰੇਰਾਂ ਨਾਲ ਵੀ ਵਿਆਹ ਨਾ ਪਿਆ ਮੈਂ ਤਾਂ ਨਾ ਵਜਾਈਂਦਾ ਪਰ ਤੂੰ ਮੈਨੂੰ ਬਣਾਵਣ ਨਹੀਂ ਦਿੱਤੀ ਸਾਰੀ ਜ਼ਿੰਦਗੀ ਤੋਂ ਹੁੱਕੇ ਦੀ ਨੜੀ ਨੂੰ ਕਿਸੇ ਨੂੰ ਹੱਥ ਨਹੀਂ ਗਤਨ ਦਿੱਤਾ ਮੈਂ ਕਦੀ ਝੂਠਾ ਹੁੱਕਾ ਨਹੀਂ ਛਿੱਕਿਆ ਤੂੰ ਆਦਾ ਅੱਜ ਐਸ ਆਪਣੇ ਹੁੱਕੇ ਦੀ ਹਾਲਤ ਵੇਖੇ ਨਾ ਹੈ ਮਲੂਮ ਹੁੰਦਾ ਇਹਦੇ ਨਾ ਇਹਦਾ ਤਾਂ ਰਹੀ ਪਈ ਵੀ ਕੋਈ ਨੀ ਉਦੋਂ ਆਪਣੀ ਹਰ ਸ਼ਾਇਦ ਵੇਖੇ ਨਾ ਰੱਤੀ ਮੰਜੀ ਤੂੰ ਬਾਅਦ ਗਤੇਂਦਾ ਨਾ ਅੱਜ ਤਰੁੱਟੀਆਂ ਡਾਵਣੀ ਵਾਲੀ ਤੇ ਪਿਆ ਹੈ ਨਾ ਤੂੰ ਮੇਰਾ ਕੋਈ ਸੋਚਿਆ ਤਾਂ ਨਾ ਕੋਈ ਤੂੰ ਆਪਣਾ ਸੋਚਿਆ ਉਹ ਮੈਨੂੰ ਉਸ ਵੇਲੇ ਜਿਹੜਾ ਨਾ ਉਹਨੇ ਸ਼ੈਤਾਨ ਸਵਾਰ ਆਈ ਮੇਰੇ ਤੇ ਮੁੜ 24 ਘੰਟੇ ਨਾ ਆਈ ਨਾ ਸਵਾਰ ਉਹਨੂੰ ਰੱਖਣਾ ਕਿਸੇ ਵੇਲੇ ਤਾਂ ਬੰਦਾ ਖੁਦਾ ਦਾ ਖੌਫ ਹੀ ਕਰ ਜਾਂਦਾ ਹੈ ਉਹ ਮੈਨੂੰ ਇਹਨਾਂ ਗੱਲਾਂ ਦਾ ਕੋਈ ਨਾ ਹੀ ਪਤਾ ਹੋਰ ਸੁਣਾਓ ਜੀ ਸਿਹਤ ਤਬੀਅਤ ਠੀਕ ਹੈ ਜੀ ਅਲਹਮਦੁਲਿਲਾ ਜੀ ਮੈਂ ਤਾਂ ਅਗਲੇ ਦੇ ਗਿਆ ਮੋ ਵੱਡੇ ਵੀਰਾਂ ਵੱਲੋਂ ਅਤੇ ਉਸ ਮੇਰੇ ਨਾਲ ਉਹ ਕਾਰ ਕੀਤੀ ਹੈ ਮੈਂ ਤਾਂ ਇਹਨੂੰ ਦੱਸ ਹੀ ਨਹੀਂ ਸਕਦਾ ਉਹਨੂੰ ਮੇਰਾ ਜਾਨ ਫਖਰ ਹੈ ਅੱਛਾ ਜੀ ਮੈਂ ਵੀ ਗਿਆ ਮੋ ਹਾਂਜੀ ਮੈਂ ਤੁਹਾਡੇ ਦੀਵਾਂ ਦੀ ਥਾਂ ਹਾਂ ਬਿਲਕੁਲ ਜੀ ਬਿਲਕੁਲ ਜਿਹੜਾ ਮੈਂ ਜਿਵੇਂ ਕਰਕੇ ਮੈਨੂੰ ਉਸ ਕੱਢਿਆ ਹਾਂਜੀ
ਮੈਂ ਤੇ ਦੱਸ ਨਹੀਂ ਸਕਦਾ। ਬਸ ਜੀ ਇਹ ਜੀ ਗਰੂਰ ਹੈ ਜੀ, ਚੰਦ ਪੈਸਿਆਂ ਦਾ ਹੈ, ਉਹਨਾਂ ਦਾ ਹਿਸਾਬ ਕਿਤਾਬ ਗਰੂਰ ਹੈ। ਕਿੰਨੇ ਤੱਕ ਉਹ ਮਾਣ ਕਰਤੀ, ਫਖਰ ਕਰਤੀ। ਖੈਰ ਜੀ ਹੌਸਲੇ ਨਾਲ ਗੱਲ ਕੀਤੀ ਕਰੋ ਯਾਰ, ਮੇਰੇ ਪੈਠਿਆਂ ਤੁਹਾਡੇ ਦਾ ਤੁਹਾਡੀ ਕਰਨ ਤੇ ਮੈਂ ਦਾ ਪਿਆ। ਹੌਸਲੇ ਨਾਲ ਕੋ ਗੱਲ ਕੀਤੀ ਕਰੋ, ਕੋਈ ਮਸਲਾ ਨਹੀਂ ਜੀ, ਅੱਲਾ ਮਾਫੀ ਦੇਵੇ ਜੀ। ਖੈਰ ਬੱਚਾ ਜਾਵਣ ਦਿਓ ਜੀ। ਬੇਟਾ ਤੂੰ ਵੀ ਕੋਈ ਖਿਆਲ ਕੀਤਾ ਕਰ ਨਾ, ਛੋਟੇ ਵੱਡੇ ਦਾ ਕੋਈ ਲਿਆਸ ਕੀਤਾ ਕਰ। ਅਸੀਂ ਆਪਾਂ ਤੇ ਬਿਰਾਂ ਅਸੀਂ ਕੁਝ ਕਰੀਏ, ਇਹਨਾਂ ਦਾ ਕਿਹੜਾ ਕੰਮ ਵੇ ਤਾਂ ਖਾਉਦੇ ਹੋਣੇ। ਖੈਰ ਜੀ ਛੋਟਾ ਜੀ ਪੋਤਰੇ ਜੀ ਤੁਹਾਡਾ ਗੁੱਸਾ ਨਹੀਂ ਕਰਿੰਦਾ, ਜਾਵਣ ਦਿਓ ਜੀ, ਕੋਈ ਨਾ ਹੋਣ ਜੀ। ਬਿਲਕੁਲ ਜੀ, ਤੁਸੀਂ ਪਿਓ ਸਾਡੀ ਵਾਸਤੇ ਮਸਲਾ ਨਹੀਂ, ਤੇ ਬਾਕੀ ਕੋਈ ਨੀ। ਖੈਰ ਨਿੱਕਿਆ ਤੂੰ ਸੁਣਾ, ਪੜ੍ਹਾਈ ਕਿਸ ਤਰ੍ਹਾਂ ਜਾ ਰਹੀ ਹੈ ਤੇਰੀ? ਅੱਲਾ ਮਿਹਰਬਾਨੀ ਕਰਸੀ ਜੀ, ਠੀਕ ਹੋ ਗਿਆ ਜੀ, ਇਨਸ਼ਾਅੱਲਾ ਹੈ ਮੇਰੇ ਅੱਲਾ ਨੂੰ ਮਨਜ਼ੂਰ ਦਾ। ਮੁੜਕਾ ਪੂਰਾ ਰਹੀਮ ਹੋਇਆ ਕਜ਼ਨ ਸਾਹਿਬ, ਖੈਰ ਠੀਕ ਠਾਕ? ਪਰੇਸ਼ਾਨ ਮਦੇ ਹੋ, ਖੈਰ ਤੇ ਤਰੀਕੇ ਤਰੀਕੇ ਆਏ ਹੋ? ਜਵਾਬ ਦੇ ਛੱਡਿਆ ਮੈਂ ਆਖਿਆ ਮੁੜ ਉਹਦੇ ਆਮਿਰ ਹੋਰਾਂ ਨੂੰ ਦੱਸਿਆ ਬੇਇੱਜ਼ਤੀ ਕਰਤੇ ਬਜਾ ਹਾਲਾਜ਼ਰ ਪਰੇਸ਼ਾਨੀ ਤਾਂ ਬਣ ਗਈ ਹੈ, ਲੇਕਿਨ ਉਸਦਾ ਦਵਾ ਹੈ ਉਹਨੂੰ ਗਰੂਰ ਹੀ ਐਵੇਂ ਆ ਗਿਆ ਆਪਣੇ ਮਾਲ ਤੇ। ਜ਼ਰੂਰ ਤੋਂ ਕਰਿੰਦਾ ਹੱਦ ਹੁਣ ਉਸ ਤੇ ਦਿਹਾੜੇ ਨਾ ਚੰਗੇ। ਓ ਯਾਰ ਖੈਰ ਏ ਜੋ ਵੀ ਹੈ, ਲੇਕਿਨ ਐਂ ਮੈਂ ਉਹਦਾ ਪੋਤਰਾ ਮੂੰ, ਮੈਨੂੰ ਧੱਕੇ ਮਾਰ ਕੇ ਸਵੇ ਜ਼ਮੀਨਾ ਇੱਥੇ ਰੱਖਿਆ ਹੈ। ਇਹ ਮੈਂ ਤੈਨੂੰ ਕੀ ਦੱਸਾਂ, ਮੈਂ ਉਹਦੇ ਕੋਲ ਪੈਸੇ ਲੈਣ ਗਿਆ ਨਾਲੇ। ਅਸਾਂ ਚਾਚੂ ਜੀ ਐਂਜੇ ਇਹਨੂੰ ਵੀ ਅਸਾਂ ਕੋਈ ਨਾ ਜਾਵਣ ਦੇਣਾ। ਅੱਛਾ ਜੀ, ਅਸੀਂ ਗਏ ਅਸੇ, ਸਾਨੂੰ ਅਵਾਰਡ ਗਵਾਰਡ ਇਹਨਾਂ ਤਾਂ ਸਾਨੂੰ ਕਾਹੀ ਨਹੀਂ ਗੱਲ ਦੱਸੀ। ਹਾਂਜੀ, ਲੇਕਿਨ ਸਾਨੂੰ ਅਵਾਰਡ ਗਵਾਰਡ ਵਾਲੇ ਬੰਦਿਆਂ ਦੱਸਿਆ ਵੀ ਉਹਨਾਂ ਬੜੀ ਬੇਹਯਾ। ਤੂੰ ਨਾ ਬੋਕ ਮੇਰੇ ਮੁਕਾਵਣ ਦੀ ਮੇਰਾ ਵਿਰਾ ਹੈ। ਕੋਈ ਨੀ, ਹੁਣ ਤੁਸੀਂ ਰਹੋ ਨਾ ਇਥਾਂ ਹੀ, ਤੁਸੀਂ ਕੋਈ ਨਾ ਜਾਓ, ਸਹੀ ਹੈ ਨਾ? ਬਿਰਾਵਾ ਕਿਉਂ ਪਰੇਸ਼ਾਨ ਹੋ ਗਿਆ, ਉਹ ਕੀ ਬਣ ਗਿਆ ਤੈਨੂੰ? ਵੈਲਕਮ ਟੂ ਨਾਜ਼ਰੀਨ ਐਂਡ ਸਵਾਲ ਗਾਇਜ਼। ਬੇਲੀਓ ਸੱਜਣੋ, ਮਿੱਤਰੋ ਤੇ ਭਰਾਵੋ, ਇਹ ਤੁਹਾਡਾ ਆਪਣਾ ਚੈਨਲ ਹੈ ਜਨਾਬ ਰੰਗ 164 ਦੀ ਤਰਫੋਂ ਹੈ, ਆਲ ਟੀਮ ਜਨਾਬ ਦੇ ਹਾਜ਼ਰ ਹੈ। ਠੀਕ ਹੈ ਭਾਈ, ਅਤੇ ਸਾਨੂੰ ਅੱਜ ਦੇ ਡੇਟ ਦੇ ਵਿੱਚ ਇਹਨਾਂ ਬਾਈ ਨਿਵਾਜ਼ ਐਂਡ ਬਾਈ ਰਿਜ਼ਵਾਨ ਇਹਨਾਂ ਲੋਕੇਸ਼ਨ ਦਿੱਤੀ ਹੈ, ਸਾਡੇ ਨਾਲ ਬੜਾ ਅੱਛਾ ਤਾਮੁਨ ਕੀਤਾ ਨੇ। ਠੀਕ ਹੈ ਭਾਈ, ਅਸੀਂ ਇਹਨਾਂ ਦੀ ਦਿਲ ਦੇ ਹੱਥਾਂ ਗਰਾਈਆਂ ਤੋਂ ਮਸ਼ਹੂਰ ਹਾਂ, ਮਮਨੂਨ ਹਾਂ, ਇਹਨਾਂ ਸਾਡੀ ਸੇਵਾ ਕੀਤੀ ਹੈ ਅਤੇ ਸਾਡੇ ਨਾਲ ਹਰ ਤਰ੍ਹਾਂ ਦੀ ਰਿਸਪੈਕਟ ਕੀਤੀ ਨੇ।
ਔਰ ਉਸ ਤੋਂ ਹਟ ਕੇ ਤੁਹਾਡੇ ਜਨਾਬ ਤਾਰਫ ਕਰਾਈ ਜਾਵਾਂ ਸਾਡੇ ਅਜ਼ੀਜ਼ ਭਾਈ ਰਾਣਾ ਆਮਿਰ ਸ਼ਹਿਜ਼ਾਦ ਔਰ ਚੰਨਣ ਸਾਹਿਬ ਜਾਣੀ ਪਹਿਚਾਣੀ ਸ਼ਖਸੀਅਤ ਔਰ ਮਾਰਵਰੀਆਮ ਸਾਹਿਬ ਔਰ ਰਾਣਾ ਹਸਨ ਸਾਹਿਬ ਸਦਾਕਤ ਸਾਹਿਬ ਔਰ ਅਮਨ ਸ਼ੇਰ ਸਾਹਿਬ ਚੌਧਰੀ ਅਮਨ ਸ਼ੇਰ ਸਾਹਿਬ ਅਤੇ ਰਾਣਾ ਅਸਦ ਠੀਕ ਹੈ ਬਾਈ ਅਤੇ ਇਹ ਤੁਹਾਡੇ ਵਾਸਤੇ ਅੱਜ ਇੱਕ ਅਸੀਂ ਕਲਿੱਪ ਲੈ ਕੇ ਆਇਆ ਹੈ ਇਸ ਕਲਿੱਪ ਨੂੰ ਰੀਅਲ ਨਹੀਂ ਸਮਝਣਾ ਇਹ ਬਾਈ ਜਾਨ ਅਸੀਂ ਇੱਕ ਸਬਕ ਦਿੱਤਾ ਹੈ ਵਿਰਾਹ ਵਿਰਾਹ ਹੁੰਦੇ ਨੇ ਗੈਰ ਗੈਰ ਹੁੰਦੇ ਨੇ ਆਪਣੇ ਹੋਵਣ ਜਾਂ ਗੈਰ ਹੋਵਣ ਕਿਸੇ ਨਾਲ ਜ਼ੁਲਮਾਨਾ ਅੰਦਾਜ਼ ਨਾ ਪੇਸ਼ ਕਰੋ ਠੀਕ ਹੈ ਹਰ ਇਨਸਾਨ ਨੂੰ ਖੁਸ਼ੀਆਂ ਬਾਂਟੋ ਅਗਰ ਖੁਸ਼ੀਆਂ ਨਹੀਂ ਨਾ ਦੇ ਸਕਦੇ ਤਾਂ ਕਿਸੇ ਨੂੰ ਗਮੀਆਂ ਵੀ ਨਾ ਦਿਓ ਤਕਲੀਫਾਂ ਵੀ ਨਾ ਦਿਓ ਕਿਉਂਕਿ ਇੱਕ ਨਾ ਇੱਕ ਦਿਨ ਜਿੰਦ ਅੱਲਾਹ ਤਾਲਾ ਨੂੰ ਦੇਣੀ ਹੈ ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਦੁਨੀਆਂ 'ਤੇ ਖੁਸ਼ੀਆਂ ਵਰਤਾਓ ਅਤੇ ਇੱਕ ਮੁੱਠ ਹੋ ਕੇ ਰਹੋ ਔਰ ਰਿਸ਼ਤਿਆਂ ਦੀ ਪਹਿਚਾਣ ਰੱਖੋ ਆਪਣਿਆਂ ਨਾਲ ਪਿਆਰ ਮੁਹੱਬਤ ਸ਼ਫਕਤ ਰੱਖੋ ਠੀਕ ਹੈ ਜੀ ਪਾਕਿਸਤਾਨ ਜ਼ਿੰਦਾਬਾਦ।